ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਵੱਡੀ ਜਿੱਤ ਦਿਵਾਉਣ ਲਈ ਹਲਕਾ ਇੰਚਾਰਜ ਦੀਦਾਰ ਸਿੰਘ ਪੱਟੀ ਵੱਲੋਂ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਪਿੰਡ ਨੰਬੀਪੁਰ, ਪੰਜੋਲੀ, ਆਦਮਪੁਰ, ਸਾਨੀਪੁਰ ਅਤੇ ਸਰਹੰਦ ਪੱਟੀ ਫਾਰਮ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ। ਇਸ ਮੌਕੇ ਪਿੰਡ ਰੁੜਕੀ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਦੇਸ਼ ਨੂੰ ਤਰੱਕੀ ਦੀ ਰਾਹ ਤੇ ਤੋਰਨ ਲਈ ਕੇਂਦਰ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਾਓ ਅਤੇ ਦੇਸ਼ ਵਿੱਚੋਂ ਭੁੱਖਮਰੀ, ਮਹਿੰਗਾਈ, ਬੇਰੋਜ਼ਗਾਰੀ ਅਤੇ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਓ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਪੰਜਾਬ ਵਿੱਚ ਸੜਕਾਂ ਦਾ ਜਾਲ ਵਿਛਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਗਰੀਬ ਲੋਕਾਂ ਨੂੰ ਫ੍ਰੀ ਗੈਸ ਸਿਲੰਡਰ ਦਿੱਤੇ ਨੇ। ਜਿਨ੍ਹਾਂ ਘਰਾਂ ਵਿੱਚ ਰੋਟੀ ਨਹੀਂ ਸੀ ਬਣਦੀ, ਮੋਦੀ ਸਰਕਾਰ ਦੀ ਬਦੌਲਤ ਉਹਨਾਂ ਘਰਾਂ ਵਿੱਚ ਰੋਟੀ ਬਣਨ ਲੱਗ ਪਈ ਹੈ। ਪੱਟੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਹੀ ਗਰੀਬ ਲੋਕਾਂ ਲਈ ਆਟਾ ਦਾਲ ਸਕੀਮ ਦਾ ਗਠਨ ਕੀਤਾ ਸੀ। ਦੇਖੋ, ਇਸ ਤਰ੍ਹਾਂ ਦੀ ਫਤਿਹਗੜ੍ਹ ਸਾਹਿਬ ਜਿਹੜਾ ਹਲਕਾ, ਵਿਧਾਨ ਸਭਾ ਹਲਕਾ, ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦਾ ਹਿੱਸਾ ਹੈ। ਇਹਦੇ 'ਚ ਮੇਰਾ ਅੱਜ ਤੀਸਰਾ ਰਾਊਂਡ ਹੈ ਅਤੇ ਲੋਕਾਂ ਵੱਲੋਂ ਬਹੁਤ ਵੱਡਾ ਉਤਸ਼ਾਹ, ਜੋਸ਼ ਦੇ ਨਾਲ ਵਰਕਰ ਜਿਹੜੇ ਹੈ ਉਹ ਇਹਨਾਂ ਮੀਟਿੰਗਾਂ 'ਤੇ ਆ ਰਹੇ ਆ, ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰ ਰਹੇ ਹਾਂ। ਉਹ ਪੱਟੀ ਸਾਹਿਬ ਦੀ ਅਗਵਾਈ ਦੇ ਵਿੱਚ ਅਤੇ ਹੋਰ ਸਾਰੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਇਸ ਹਲਕੇ ਦੇ ਵਿੱਚ ਮੀਟਿੰਗਾਂ ਹੋ ਰਹੀਆਂ, ਔਰ ਵਰਕਰ ਜਿਹੜੇ ਹੈ ਉਹਨਾਂ ਦਾ ਜਿਹੜਾ ਉਤਸ਼ਾਹ ਹੈ ਨਾ, ਉਹਦੇ ਦੋ ਕਾਰਨ ਨੇ। ਇੱਕ ਤਾਂ ਇਹ ਹੈ ਕਿ ਕਾਂਗਰਸ ਨੇ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ, ਚਾਹੇ ਉਹ ਨੌਜਵਾਨਾਂ ਦੇ ਨਾਲ ਸੀ, ਚਾਹੇ ਕਿਸਾਨਾਂ ਦੇ ਨਾਲ ਸੀ, ਚਾਹੇ ਗਰੀਬਾਂ ਦੇ ਨਾਲ ਸੀ, ਉਹਨਾਂ 'ਚੋਂ ਇੱਕ ਡੱਕਾ ਵੀ ਨਹੀਂ ਤੋੜਿਆ। ਲੋਕ ਗੁੱਸੇ 'ਚ ਨੇ। ਦੂਸਰਾ, ਲੋਕ ਯਾਦ ਕਰਦੇ ਆ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਗੱਠਜੋੜ ਦੀ ਸਰਕਾਰ ਨੂੰ, ਸਰਦਾਰ ਬਾਦਲ ਨੂੰ, ਕਿ ਉਹ ਹਰ ਵਰਗ ਦੇ ਲਈ ਸਕੀਮਾਂ ਬਣਾਉਂਦੇ ਸੀ। ਕਿਸਾਨਾਂ ਨੂੰ ਜਿਹੜੀ ਮੁਫਤ ਬਿਜਲੀ ਦਿੱਤੀ ਹੈ ਟਿਊਬਵੈੱਲਾਂ ਦੀ, ਉਹ ਸਰਦਾਰ ਬਾਦਲ ਜੀ ਦੇ ਮਨ ਦੀ ਉਪਜ ਸੀ, ਉਹਨਾਂ ਨੇ ਇਹ ਸ਼ੁਰੂ ਕੀਤੀ। ਇਸੇ ਤਰ੍ਹਾਂ ਜਿਹੜੀ ਆਟਾ ਦਾਲ ਸਕੀਮ ਗਰੀਬਾਂ ਨੂੰ ਦਿੱਤੀ, ਉਹ ਵੀ ਸਰਦਾਰ ਬਾਦਲ ਜੀ ਦੇ ਮਨ ਦੀ ਸੋਚ ਸੀ, ਇਹ ਵੀ ਉਹਨਾਂ ਨੇ ਸ਼ੁਰੂ ਕੀਤੀ। ਨੌਜਵਾਨਾਂ ਨੂੰ ਦੇਖੋ ਜਿਹੜੀਆਂ ਨੌਕਰੀਆਂ ਦਿੱਤੀਆਂ, 2.5-3 ਲੱਖ ਮੈਰਿਟ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ। ਮੁਲਾਜ਼ਮ ਜਿਹੜੇ ਹੈ ਉਹਨਾਂ ਦੇ ਪੇ ਕਮਿਸ਼ਨ, ਤਨਖਾਹ ਕਮਿਸ਼ਨ ਲਾਗੂ ਕੀਤਾ, ਔਰ ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਪੱਕੀਆਂ ਵੀ ਕੀਤੀਆਂ, ਤਨਖਾਹਾਂ ਵਧਾਈਆਂ। ਇਸ ਕਰਕੇ ਲੋਕ ਯਾਦ ਕਰਦੇ ਆ ਹੁਣ ਬਾਦਲ ਸਰਕਾਰ ਨੂੰ। ਤੋ ਦੋਨੇ ਗੱਲਾਂ ਮਿਲਾ ਕੇ ਲੋਕ ਜਿਹੜੇ ਹੈ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਗੱਠਜੋੜ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਆ ਰਹੇ। ਬਿਊਰੋ ਰਿਪੋਰਟ, SM1 ਨਿਊਜ਼।